ਪਿਛਲੀ ਲੜੀ ਨੰਬਰ 80 ਦੇ ਵਿੱਚ ਆਪਾਂ ਭਾਈ ਮੁਗਲੂ ਜੀ ਦਾ ਇਤਿਹਾਸ ਸੁਣਿਆ ਸੀ ਜੀ। ਹੁਣ ਚੱਲਦੇ ਹਾਂ ਜੀ ਅਗਲੇ ਪਿੰਡ। ਇਹ ਪਿੰਡ ਕਣਕਵਾਲ ਤੋਂ 10 ਕਿਲੋਮੀਟਰ, ਪਿੰਡ ਗੰਡੂਆਂ ਤੋਂ ਜਿੱਥੇ ਭਾਈ ਮੁਗਲੂ ਜੀ ਦਾ ਇਤਿਹਾਸ ਸ਼੍ਰਵਣ ਕੀਤਾ ਸੀ ਉੱਥੋਂ ਤਕਰੀਬਨ 17 ਕਿਲੋਮੀਟਰ 'ਤੇ ਇਹ ਪਿੰਡ ਪੈਂਦਾ ਜੀ, ਪਿੰਡ ਬਛੁਆਣਾ। ਗੁਰੂ ਜੀ ਵੇਲੇ ਇਹ ਪਿੰਡ ਕਾਫੀ ਛੋਟਾ ਸੀ। ਗੁਰੂ ਜੀ ਨੇ ਇੱਕ ਢਾਬ ਦੇ ਉੱਤੇ ਆ ਕੇ ਪਿੱਪਲ ਦੇ ਰੁੱਖ ਦੇ ਥੱਲੇ ਆ ਕੇ ਟਿਕਾਣਾ ਕੀਤਾ। ਅੱਜ ਨਾ ਉਹ ਢਾਬ ਰਹੀ ਹੈ ਅਤੇ ਨਾ ਹੀ ਉਹ ਪਿੱਪਲ ਦਾ ਰੁੱਖ ਰਿਹਾ ਹੈ। ਤਕਰੀਬਨ 7 ਦਿਨ ਇਸ ਜਗ੍ਹਾ 'ਤੇ ਰਹਿ ਕਰਕੇ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ। ਅੱਜ ਇਹ ਗੁਰਦੁਆਰਾ ਸਾਹਿਬ ਜੋ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਗੁਰਦੁਆਰਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਪੈਂਦਾ ਹੈ। ਇੱਥੋਂ ਅੱਗੇ ਬਿਲਕੁਲ ਨੇੜੇ ਹੀ ਅਗਲਾ ਪਿੰਡ ਪੈਂਦਾ ਹੈ ਜੀ, ਪਿੰਡ ਖੀਵਾ ਕਲਾਂ। ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਿੰਡ ਖੀਵਾ ਕਲਾਂ ਪਹੁੰਚਦੇ ਨੇ। ਉੱਥੇ ਵੀ ਦੀਵਾਨ ਸਜਦਾ। ਹੁਣ ਸਜੇ ਹੋਏ ਦੀਵਾਨ ਵਿੱਚੋਂ ਇੱਕ ਭਾਈ ਸੰਘਾ ਨਾਮ ਦਾ ਵਿਅਕਤੀ ਜਦੋਂ ਉੱਠ ਕੇ ਜਾਣ ਲੱਗਾ ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬੜੇ ਪਿਆਰ ਨਾਲ ਪੁੱਛਿਆ ਕਿ ਭਾਈ ਲੱਗੇ ਹੋਏ ਦੀਵਾਨ ਦੇ ਵਿੱਚ ਕੀ ਗੱਲ, ਤੇਰੀ ਸੁਰਤ ਨਹੀਂ ਟਿਕੀ, ਕੀ ਗੱਲ ਭਾਈ ਤੂੰ ਚੱਲਿਆ ਕਿੱਥੇ ਆ? ਤਾਂ ਅੱਗੋਂ ਭਾਈ ਸੰਘਾ ਜੀ ਆ ਕੇ ਬੇਨਤੀ ਕਰਨ ਲੱਗਿਆ, ਪਾਤਸ਼ਾਹ ਜੀ ਸਾਡੇ ਪਿੰਡ ਦੇ ਚੌਧਰੀ ਦੇ ਘਰ ਵਿਆਹ ਏ ਅਤੇ ਜਦੋਂ ਵੀ ਕਿਸੇ ਦੇ ਵਿਆਹ ਹੁੰਦਾ ਤਾਂ ਉਹਨਾਂ ਦੇ ਘਰ ਵਰਤਾਰਾ ਵਰਤਦਾ। ਪੰਜਾਬ ਦਾ ਇੱਕ ਬਹੁਤ ਪੁਰਾਣਾ ਸੱਭਿਆਚਾਰ ਹੈ ਕਿ ਪੂਰੇ ਪਿੰਡ ਦੇ ਵਿੱਚ ਜਦੋਂ ਕੋਈ ਕਿਸੇ ਦੇ ਵਿਆਹ ਦੇ ਵਿੱਚ ਪਹੁੰਚਦਾ ਤਾਂ ਉਹਨੂੰ ਮਿੱਠਾ ਪ੍ਰਸ਼ਾਦ ਕਈ ਪੂਰੀਆਂ ਦੇ ਉੱਤੇ ਕੜਾਹ ਪ੍ਰਸ਼ਾਦ ਰੱਖ ਕੇ ਵੀ ਦਿੰਦੇ ਨੇ, ਜਿਹਨੂੰ ਵਰਤਾਰਾ ਕਿਹਾ ਜਾਂਦਾ। ਪਾਤਸ਼ਾਹ ਜੀ ਅੱਜ ਪਿੰਡ ਦੇ ਚੌਧਰੀ ਦੇ ਘਰ ਵਰਤਾਰਾ ਵਰਤਣਾ ਹੈ ਅਤੇ ਪਿੰਡ ਦਾ ਚੌਧਰੀ ਵਧੀਆ ਵਰਤਾਰਾ ਦਊਗਾ ਅਤੇ ਪਾਤਸ਼ਾਹ ਜੀ ਮੈਂ ਕਿਤੇ ਪਿੱਛੇ ਨਾ ਰਹਿ ਜਾਂ ਅਤੇ ਮੈਂ ਉਹ ਵਰਤਾਰਾ ਲੈਣ ਚੱਲਿਆ। ਭਾਈ ਸੰਘੇ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਚਨ ਕੀਤੇ, ਭਾਈ ਸੰਘਾ ਤੂੰ ਨਾ ਜਾ, ਤੈਨੂੰ ਜਾਣ ਦੀ ਲੋੜ ਨਹੀਂ, ਤੂੰ ਪ੍ਰਭੂ ਭਗਤੀ ਦੇ ਵਿੱਚ ਜੁੜ, ਆ ਬੈਠ ਕੇ ਸੰਗਤ ਕਰ, ਤੇਰਾ ਜੀਵਨ ਸਫਲ ਹੋ ਜਾਏਗਾ, ਵਰਤਾਰੇ ਦੀ ਕੋਈ ਗੱਲ ਨਹੀਂ, ਵਰਤਾਰਾ ਇੱਕ ਛੱਡ, ਤੇਰੇ ਤਾਂ ਵਰਤਾਰੇ ਦੋ ਦੋ ਘਰ ਪਹੁੰਚ ਜਾਇਆ ਕਰਨਗੇ। ਅਤੇ ਭਾਈ ਸੰਘੇ ਨੇ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਚਨ ਮੰਨ ਕੇ ਉੱਥੇ ਬੈਠਾ ਰਿਹਾ। ਅਤੇ ਸੱਚ ਜਾਣਿਓ ਇਹੀ ਗੱਲ ਕਿਸੇ ਨੇ ਪਿੰਡ ਦੇ ਚੌਧਰੀ ਨੂੰ ਜਾ ਕੇ ਦੱਸੀ ਕਿ ਚੌਧਰੀ ਸਾਹਿਬ ਅੱਜ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਸੀ, ਗੁਰੂ ਸਾਹਿਬ ਜੀ ਆਪ ਆਏ ਹੋਏ ਨੇ। ਅਤੇ ਉੱਥੇ ਇਹ ਗੱਲ ਹੋਈ ਅਤੇ ਜਦੋਂ ਉਸ ਪਿੰਡ ਦੇ ਚੌਧਰੀ ਨੂੰ ਪਤਾ ਲੱਗਿਆ ਤਾਂ ਸੱਚ ਜਾਣਿਓ ਉਸ ਚੌਧਰੀ ਨੇ ਇੱਕ ਨਹੀਂ ਉਹਦੇ ਘਰ ਦੋ ਵਰਤਾਰੇ ਭੇਜੇ ਅਤੇ ਐਡੀ ਕੁ ਕਿਰਪਾ ਹੋਈ ਅੱਜ ਤੱਕ ਉਸ ਪਿੰਡ ਦੇ ਵਿੱਚ ਜਿਹਦੇ ਵੀ ਵਿਆਹ ਹੁੰਦਾ ਉਹਦਾ ਪਰਿਵਾਰ ਅੱਜ ਮੌਜੂਦ ਹੈ। ਪਰ ਅੱਜ ਤੱਕ ਪੂਰੇ ਪਿੰਡ ਵਿੱਚੋਂ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਭਾਈ ਸੰਘੇ ਦੀ ਪਰਿਵਾਰਾਂ ਦਾ ਘਰ, ਉਹਨਾਂ ਦੀ ਪੀੜ੍ਹੀਆਂ ਦੇ ਘਰ ਅੱਜ ਵੀ ਮੌਜੂਦ ਨੇ। ਅੱਜ ਤੱਕ ਪੂਰੇ ਪਿੰਡ ਵਿੱਚੋਂ ਜਿਹਦੇ ਵੀ ਵਿਆਹ ਹੁੰਦਾ ਤਾਂ ਉਸ ਭਾਈ ਸੰਘੇ ਨਾਮ ਦੇ ਦੋ ਵਰਤਾਰੇ ਕੱਢ ਕੇ ਉਹਨਾਂ ਦੇ ਘਰ ਪਹੁੰਚਾਏ ਜਾਂਦੇ ਨੇ। ਇੱਥੇ ਤੱਕ ਪਤਾ ਲੱਗਿਆ ਇਕੱਲੇ ਉਸ ਪਿੰਡ ਵਿੱਚੋਂ ਨਹੀਂ, ਨੇੜੇ ਦੇ ਪਿੰਡ ਵਿੱਚੋਂ ਵੀ ਕਈ ਵੀਰ ਸ਼ਰਧਾ ਦੇ ਨਾਲ ਭਾਈ ਸੰਘੇ ਦੇ ਘਰ ਦੋ ਵਰਤਾਰੇ ਭੇਜਦੇ ਨੇ। ਪਰ ਅਫਸੋਸ ਇਸ ਗੱਲ ਦਾ ਹੈ, ਅੱਜ ਗੁਰਦੁਆਰੇ ਤਾਂ ਬਹੁਤ ਆਲੀਸ਼ਾਨ ਬਣ ਗਏ, ਬਿਲਡਿੰਗਾਂ ਤਾਂ ਅਸੀਂ ਬਹੁਤ ਵੱਡੀਆਂ ਬਣਾ ਲਈਆਂ, ਪਰ ਉਹ ਸੰਘੇ ਦਾ ਪਰਿਵਾਰ ਗੁਰਮਤ ਨਾਲੋਂ ਦੂਰ ਜਾ ਚੁੱਕਿਆ, ਗੁਰਮਤ ਨਾਲੋਂ ਟੁੱਟ ਚੁੱਕਿਆ। ਲੋੜ ਹੈ ਉਹਨਾਂ ਪਰਿਵਾਰਾਂ ਨੂੰ ਗੁਰੂ ਨਾਲ ਜੋੜਨ ਦੀ, ਜਿਨ੍ਹਾਂ 'ਤੇ ਕਦੇ ਕਿਤੇ ਗੁਰੂ ਸਾਹਿਬ ਜੀ ਨੇ ਰਹਿਮਤ ਭਰੀ ਬਖਸ਼ਿਸ਼ ਕੀਤੀ ਸੀ। ਅੱਜ ਇਸ ਪਿੰਡ ਦੇ ਵਿੱਚ, ਪਿੰਡ ਖੀਵਾ ਕਲਾਂ ਦੇ ਵਿੱਚ ਬਹੁਤ ਵੱਡਾ ਗੁਰਦੁਆਰਾ ਸਾਹਿਬ ਜੀ ਬਣਿਆ ਹੋਇਆ ਹੈ, ਆਪ ਜੀ ਦਰਸ਼ਨ ਕਰ ਰਹੇ ਹੋ ਜੀ। ਅੱਗੇ ਲੜੀ ਨੰਬਰ 82 ਦੇ ਵਿੱਚ ਅਗਲੇ ਪਿੰਡ ਦਾ ਇਤਿਹਾਸ ਲੈ ਕੇ ਆਵਾਂਗੇ ਜੀ। ਸੁਣਦੇ ਰਹਿਣਾ, ਜੁੜੇ ਰਹਿਣਾ, ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।